ਸੁਖਦੀਪ ਵਰਮਾ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ। ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਧਾਲੀਵਾਲ ਜੀ, ਧਾਲੀਵਾਲ ਸਾਹਿਬ ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਕਰ ਰਹੀ ਹਾਂ। ਨੋਟਬੰਦੀ ਦਾ ਦੇਸ਼ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਗਲਤੀ ਕਰਕੇ ਜਿਹੜਾ ਕਾਲਾ ਧਨ ਵੱਧ ਗਿਆ ਅਤੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਤੇ ਸਰਕਾਰ ਦਾ ਨੁਕਸਾਨ ਹੋ ਰਿਹਾ ਸੀ, ਲੋਕਾਂ ਦਾ ਨੁਕਸਾਨ ਹੋ ਰਿਹਾ। ਆਖਰੀ ਬੰਦੇ ਤੱਕ ਜਿਹੜੀ ਪਹੁੰਚ ਹੈ ਉਹ ਨਹੀਂ ਪਹੁੰਚ ਰਹੀ, ਜਿਹੜੀ ਸਰਕਾਰ ਦੀਆਂ ਸਹੂਲਤਾਂ ਨੇ ਦੇ ਰਾਇਤਾਂ ਨੇ ਉਹ ਨਹੀਂ ਪਹੁੰਚ ਰਹੀਆਂ। ਕਿ ਉਹਦਾ ਅਸਲ ਕਾਰਨ ਕੀ ਹੈ ਕਿ ਦੇਸ਼ ਦੀ ਜਿਹੜੀ ਆਰਥਿਕ ਹੈ, ਆਰਥਿਕਤਾ ਪ੍ਰੋਗਰਾਮ ਹੈ ਉਹ ਸਾਰਾ ਗੜਬੜਾ ਗਿਆ ਸੀ। ਉਹ ਗਰੀਬ ਤੇ ਅਮੀਰ ਦਾ ਜਿਹੜਾ ਪੜ ਹੈ ਉਹ ਵੱਧ ਗਿਆ, ਉਹਨੂੰ ਠੀਕ ਕਰਨ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਹ ਨੋਟਬੰਦੀ ਦਾ ਫੈਸਲਾ ਲਿਆ ਤੇ ਬਹੁਤ ਵਧੀਆ ਲੋਕਾਂ ਨੂੰ ਪਸੰਦ ਕਰਦੇ। ਜੋ ਬੈਂਕਾਂ ਦੇ ਬਾਹਰ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ, ਕਿਸੇ ਨੂੰ ਵੀ ਸੁਬਹ ਤੋਂ ਲੈ ਕੇ ਸ਼ਾਮ ਤੱਕ ਕਤਾਰਾਂ ਵਿੱਚ ਖੜਨ ਤੋਂ ਬਾਵਜੂਦ ਵੀ ਪੈਸੇ ਨਹੀਂ ਮਿਲ ਰਹੇ, ਗਰੀਬ ਲੋਕ ਪਰੇਸ਼ਾਨ ਹੋ ਰਹੇ ਨੇ, ਉਹਨਾਂ ਦਾ ਤੁਹਾਡੀ ਪਾਰਟੀ ਕੀ ਸਟੈਂਡ ਲੈ ਰਹੀ ਹੈ? ਦੇਖੋ ਜੀ, ਪਹਿਲਾਂ ਨਵਾਂ ਨਵਾਂ ਕੋਈ ਐਕਸ਼ਨ ਲਿਆ ਜਾਂਦਾ ਨਾ, ਉਹਦੇ ਵਿੱਚ ਥੋੜੀਆਂ ਦਿੱਕਤਾਂ ਜ਼ਰੂਰ ਆਉਂਦੀਆਂ। ਜਿਹੜਾ ਦੇਸ਼ ਦੀ ਜਿਹੜੀ ਆਰਥਿਕਤਾ ਹੈ ਉਹਨੂੰ ਸੁਧਾਰਨ ਵਾਸਤੇ ਜਦੋਂ ਆਪਾਂ ਆਪਰੇਸ਼ਨ ਕਹਿੰਦੇ ਹਾਂ, ਆਪਰੇਸ਼ਨ ਹੁੰਦਾ ਹੀ ਦੁਖਦਾਇਕ ਹੈ, ਕਿਉਂ ਜਦੋਂ ਆਪਰੇਸ਼ਨ ਹੁੰਦਾ ਹੈ ਉਦੋਂ ਸਰੀਰਕ ਪੀੜਾ, ਮਾਨਸਿਕ ਪੀੜਾ ਵੀ ਹੁੰਦੀ ਹੈ ਤੇ ਆਰਥਿਕਤਾ ਵੀ ਨੁਕਸਾਨ ਹੁੰਦਾ ਪੈਸੇ। ਧਾਲੀਵਾਲ ਸਾਹਿਬ, ਜੋ ਤੁਹਾਡੀ ਗੱਲ ਨਾਲ ਸਹਿਮਤ ਆ, ਜੋ ਆਪਰੇਸ਼ਨ ਜੋ ਤੁਸੀਂ ਕਹਿ ਰਹੇ ਹੋ ਆਪਰੇਸ਼ਨ, ਕੀ ਇਹ ਤਕਲੀਫ, ਕੀ ਇਹ ਪਰੇਸ਼ਾਨੀ ਗਰੀਬ ਜਨਤਾ ਲਈ ਹੈ? ਜੋ ਕੁਛ ਬੈਂਕਾਂ ਦੇ ਸਿਫਾਰਸ਼ੀ ਲੋਕ ਨੇ, ਵੱਡੇ ਵੱਡੇ ਮੰਤਰੀ ਨੇ, ਜੋ ਕੁਛ ਵੀ ਪਹੁੰਚ ਵਾਲੇ ਕੁਛ ਇਨਸਾਨ ਨੇ, ਉਹਨਾਂ ਦੇ ਸਿਫਾਰਸ਼ੀ ਲੋਕ ਨੇ, ਜਾਣ ਪਹਿਚਾਣ ਵਾਲੇ ਨੇ, ਉਹਨਾਂ ਨੂੰ ਪੈਸਾ ਜਲਦੀ ਮਿਲ ਜਾਂਦਾ, ਗਰੀਬਾਂ ਨੂੰ ਹੀ ਕਿਉਂ ਨਹੀਂ ਮਿਲਦਾ? ਨਹੀਂ, ਐਸੀ ਕੋਈ ਗੱਲ ਨਹੀਂ ਹੈ, ਸਾਰਾ ਸਾਰਿਆਂ ਨੂੰ ਬਰਾਬਰ ਮਿਲਦਾ ਹੈ। ਬੈਂਕਾਂ ਨੇ ਕਿਹਾ ਵੀ ਇੱਕ ਹਫ਼ਤੇ ਦਾ 24,000 ਰੁਪਇਆ ਸਾਰਿਆਂ ਨੂੰ ਮਿਲਦਾ ਹੈ। ਜੇ ਜੋ ਜੋ ਬੈਂਕਾਂ ਨੂੰ ਫੰਡਸ ਆਉਂਦੇ ਨੇ ਉਹਦੇ ਹਿਸਾਬ ਨਾਲ ਉਹ ਆਪਣਾ ਡਿਵਾਈਡ ਕਰ ਰਹੇ, ਜੇ ਬੈਂਕ ਦੇ ਉੱਤੇ 200 ਲੋਕ ਖੜੇ ਨੇ 200 ਲੋਕ ਨੂੰ ਵੰਡ ਕੀਤੀ ਜਾਂਦੀ ਹੈ, ਜੇ 50 ਲੋਕ ਖੜੇ ਨੇ 50 ਨੂੰ ਉਨੀ ਪੂਰੀ ਰਕਮ ਦੀ ਵੰਡ ਕੀਤੀ ਜਾਂਦੀ ਹੈ। ਐਸੀ ਕੋਈ ਗੱਲ ਨਹੀਂ ਕਿ ਵੱਡੇ ਲੋਕਾਂ ਨੂੰ ਜ਼ਿਆਦਾ ਦਿੱਤਾ ਜਾ ਰਿਹਾ ਤੇ ਗਰੀਬਾਂ ਨੂੰ ਘੱਟ ਦਿੱਤਾ ਹੈ, ਐਸਾ ਸਾਡੇ ਸਾਹਮਣੇ ਤਾਂ ਕੋਈ ਆਇਆ। ਹਾਂ, ਇੱਕ ਦੋ ਜਗ੍ਹਾ ਆਇਆ ਜਿਹੜੇ ਬੈਂਕਾਂ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਕਿਤੇ ਨਾ ਕਿਤੇ ਗੜਬੜੀ ਕੀਤੀ ਹੈ, ਉਹ ਸਰਕਾਰ ਨੇ ਉਹਨਾਂ ਦਾ ਨੱਤ ਪਾਈ ਹੈ, ਉਹ ਜਿਹੜੀ ਸਾਡੀ ਟੀਮ ਹੈ ਉਹ ਪੜ੍ਹ ਰਹੀ ਹੈ, ਵਿਜੀਲੈਂਸ ਵਾਲੇ ਪੜ੍ਹ ਰਹੇ ਨੇ, ਕਈ ਮੈਨੇਜਰਾਂ ਦੇ ਪਰਚੇ ਵੀ ਹੋ ਗਏ। ਇਸ ਲਈ ਕੋਈ ਇਹਦੇ ਵਿੱਚ ਦੋ ਹੈ, ਮੰਨੂ ਸਰਕਾਰ ਜਿਹੜੀ ਗਰੀਬਾਂ ਨਾਲ ਵੀ ਹੈ ਤੇ ਅਮੀਰਾਂ ਨਾਲ ਵੀ ਹੈ, ਸਭ ਦਾ ਜਿਹੜਾ ਭਲਾ ਹੈ ਉਹ ਕਰਨ ਵਾਸਤੇ ਅਸੀਂ ਲੱਗੇ ਹੋਏ। ਮੋਦੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀ, ਜਿਸ ਦੀਆਂ ਵਿਰੋਧੀ ਪਾਰਟੀਆਂ ਕਾਫੀ ਸਮੇਂ ਤੋਂ ਮੰਗ ਕਰ ਰਹੀਆਂ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਮੋਦੀ ਪਾਰਟੀਆਂ ਜਿਹੜੀਆਂ ਅਪੋਜੀਸ਼ਨ ਹੈ ਉਹਦਾ ਕੰਮ ਹੀ ਮੰਗ ਕਰਨਾ ਹੁੰਦਾ, ਪਰ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਉਹ 2006 ਦੇ ਵਿੱਚ ਕਮਿਸ਼ਨ ਬਣਾਇਆ ਸੀ, ਉਦੋਂ NDA ਨਾਲ ਕਾਂਗਰਸ ਦੀ ਸਰਕਾਰ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਦੇ ਉਦੋਂ ਬਾਅਦ 8-9 ਸਾਲ ਰਹਿ ਗਈ, ਉਹਨਾਂ ਨੇ ਕਿਉਂ ਨਾ ਲਾਗੂ ਕਰਤੀ ਜਿਹੜੇ ਹੁਣ ਮੰਗ ਕਰ ਰਹੇ ਨੇ? ਦੂਜੇ ਨੰਬਰ ਤੇ ਜਦ ਤਾਂ ਉਦੋਂ ਹੀ ਮੰਗ ਪੂਰੀ ਹੋ ਜਾਂਦੀ ਹੈ ਸਵਾਮੀਨਾਥਨ ਦੀ ਰਿਪੋਰਟ, ਅੱਜ ਦੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਂਦੀ ਤਾਂ ਕਿਸਾਨਾਂ ਦਾ ਬਹੁਤਾ ਭਲਾ ਨਹੀਂ ਹੋਣਾ, ਕਿਉਂਕਿ ਦੇਸ਼ ਦਾ ਜਿਹੜਾ ਦੇਸ਼ ਦੇ ਵਿੱਚ 70% ਕਿਸਾਨ ਜਿਹੜੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਅੱਧੇ ਏਕੜ ਤੋਂ ਲੈ ਕੇ 1.5 ਏਕੜ ਤੱਕ ਬਚ ਗਈ ਹੈ, ਬਾਕੀ ਜ਼ਮੀਨ ਬਚੇ ਤਾਂ ਲੋਕਾਂ ਕੋਲ ਹੈ। ਕੁਛ ਕਿਸਾਨ ਜਿਹੜੇ ਨੇ ਉਹ ਬੇਜ਼ਮੀਨੇ ਹੋ ਗਏ। ਜੇ ਸਵਾਮੀਨਾਥਨ ਦੀ ਰਿਪੋਰਟ ਅੱਜ ਲਾਗੂ ਵੀ ਹੋ ਜਾਂਦੀ ਹੈ ਤਾਂ ਤੁਸੀਂ ਹਿਸਾਬ ਲਾ ਲਓ ਪੰਜਾਬ ਦੇ ਵਿੱਚ ਅੱਧੇ ਏਕੜ ਵਾਲੇ ਕਿਸਾਨ ਨੂੰ
ਇੱਕ ਸਾਲ 3000 ਰੁਪਇਆ, ਇੱਕ ਏਕੜ ਵਾਲੇ ਨੂੰ 5-6 ਹਜ਼ਾਰ ਰੁਪਇਆ ਸਾਲ ਦਾ ਫਾਇਦਾ ਆਉਣਾ, ਤਾਂ ਉਹਦੇ ਨਾਲ ਕੋਈ ਬਹੁਤਾ ਮੇਰੇ ਹਿਸਾਬ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਜੀ ਇਹ ਸੋਚ ਰਹੇ ਨੇ, ਉਹਨਾਂ ਦੀ ਸੋਚ ਹੈ ਕਿ ਕਿਸਾਨ ਦਾ ਜਿਹੜਾ ਮਹੀਨਾ ਵਾਰ ਮੰਗਣਾ ਉਹਨੂੰ ਕਿਵੇਂ ਮਨਾਇਆ ਜਾਵੇ, ਉਸ ਵਿਸ਼ੇ 'ਤੇ ਸਰਕਾਰ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਸ਼ਾਇਦ ਇਹ ਕਿਸਾਨਾਂ ਲਈ ਖੁਸ਼ਖਬਰੀ ਵੀ ਹੋ। ਠੀਕ ਹੈ ਜੀ। ਆਰਬੀਆਈ ਵੱਲੋਂ ਜੋ ਬੈਂਕਾਂ ਨੂੰ ਪੈਸਾ ਆ ਰਿਹਾ ਹੈ ਉਹ ਤੇਜ਼ੀ ਨਾਲ ਕਿਉਂ ਨਹੀਂ ਆ ਰਿਹਾ? ਨਹੀਂ, ਪਹਿਲਾਂ ਤੋਂ ਵੀ ਸ਼ਿਕਾਇਤ ਆ ਰਹੀ ਸੀ, ਹੁਣ ਜਿਹੜਾ ਭਾਰਤੀ ਜਨਤਾ ਪਾਰਟੀ ਸਰਕਾਰ ਮੋਦੀ ਜੀ ਨੇ ਇਹ ਐਲਾਨ ਕੀਤਾ ਹੈ, ਅਤੇ ਹੁਣ ਸਰਕਾਰ ਜਿਹੜੀ ਹੈ ਮਿਲਟਰੀ ਦਾ ਸਹਾਰਾ ਲੈ ਰਹੀ ਹੈ, ਮਿਲਟਰੀ ਨੂੰ ਇਹਦੇ ਵਿੱਚ ਇਨਵੋਲਵ ਕਰ ਰਿਹਾ। ਮਿਲਟਰੀ ਪਹਿਲਾਂ ਜਿਹੜਾ ਪੈਸਾ ਸੀ ਉਹ ਟ੍ਰੇਨਾਂ ਰਾਹੀਂ ਆਉਂਦਾ ਸੀ, ਹੁਣ ਮਿਲਟਰੀ ਜਹਾਜ਼ਾਂ ਰਾਹੀਂ ਆਪਣੇ ਜਿਹੜੀ ਦੇਸ਼ ਦੀ ਕੈਪੀਟਲਸ ਨੇ ਉਹਨਾਂ ਨੂੰ ਸਪਲਾਈ ਕਰਨ ਲੱਗੀ ਆ। 2-4 ਦਿਨਾਂ 'ਚ ਸਾਰਾ ਮਸਲਾ ਹੱਲ ਹੋ ਜਾਣਾ, ਕੋਈ ਵੱਡੀ ਗੱਲ। ਠੀਕ ਹੈ ਜੀ। ਹਾਂਜੀ ਧੰਨਵਾਦ ਸਾਹਿਬ। ਹੁਣ ਆਪਣਾ ਅਗਲਾ ਸਵਾਲ, 25 ਦਸੰਬਰ ਨੂੰ ਫਾਜ਼ਿਲਕਾ ਵਿਖੇ ਜੋ ਕਿਸਾਨ ਰੈਲੀ ਹੋਈ ਹੈ ਉਸ ਵਿੱਚ ਕਿਸਾਨਾਂ ਲਈ ਕੋਈ ਵੱਡਾ ਐਲਾਨ ਹੋਇਆ? ਜੀ ਬਿਲਕੁਲ ਹੋਇਆ। ਭਾਰਤੀ ਜਨਤਾ ਪਾਰਟੀ ਨੇ ਜਿਹੜਾ ਐਲਾਨ ਕਿਸਾਨਾਂ ਲਈ ਕੀਤਾ ਹੈ ਉਹ ਹਰ ਸੂਬੇ ਦੇ ਵਿੱਚ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਪੰਜਾਬ ਦੇ ਵਿੱਚ ਵੀ ਹੋਣੀ ਹੈ, ਅਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਖ ਵੱਖ ਪੰਜਾਬ ਦੇ ਅਤੇ ਸਾਰੇ ਸੂਬਿਆਂ ਦੇ ਵੱਖ ਵੱਖ ਏਰੀਆ, ਜਿਵੇਂ ਪੰਜਾਬ ਦੇ ਵਿੱਚ ਕੁਛ ਬਾਗਾਂ ਦਾ ਏਰੀਆ, ਕੁਛ ਝੋਨੇ ਦਾ ਏਰੀਆ, ਕੁਛ ਫਲਾਂ ਦਾ ਏਰੀਆ, ਕੁਛ ਸਬਜ਼ੀਆਂ ਦਾ ਏਰੀਆ, ਕੋਈ ਕੱਢੀ ਏਰੀਆ, ਉਹਦੇ ਲਈ ਵੱਖਰੋ ਵੱਖਰੇ ਸੁਝਾਅ ਮੰਗੇ ਨੇ। ਪੰਜਾਬ ਕਿਸਾਨ ਮੋਰਚਾ ਉਹ ਸੁਝਾਅ ਇਕੱਠੇ ਕਰਕੇ ਸਰਕਾਰ ਤੱਕ ਪਹੁੰਚਾ ਰਿਹਾ। ਮਾਣਯੋਗ ਸਾਡੇ ਪੰਜਾਬ ਦੇ ਪ੍ਰਧਾਨ ਸਤਲਾ ਜੀ, ਉਹਨਾਂ ਨੂੰ ਅਸੀਂ ਦੇ ਰਹੇ ਹਾਂ, ਅਤੇ ਪੰਜਾਬ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਨੇ ਸੁਖਪਾਲ ਸਿੰਘ ਨੰਨੂ ਜੀ, ਉਹਨਾਂ ਦੀ ਡਿਊਟੀ ਲਾਏ ਆ ਅਸੀਂ ਵੱਖ ਵੱਖਰੇ ਏਰੀਆ ਤੋਂ ਕਿਸਾਨਾਂ ਦੀ ਮੁਸ਼ਕਲਾਂ ਕਿਵੇਂ ਹੱਲ ਹੋਣਗੀਆਂ ਅਤੇ ਕਿਸਾਨਾਂ ਦੀ ਮੰਗ ਕੀ ਹੈ ਉਹ ਅਸੀਂ ਜਿਹੜੇ ਸੁਝਾਅ ਪਾਰਟੀ ਤੱਕ ਪਹੁੰਚਾ ਰਹੇ ਹਾਂ। ਉਹਦੇ ਲਈ ਕੀ ਹੋਊਗਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਜਿਹੜੀ ਆ ਰਹੀਆਂ ਨੇ ਸਾਰੇ ਸੂਬਿਆਂ ਦੇ ਵਿੱਚ, ਉਹਨਾਂ ਦੇ ਕਿਸਾਨਾਂ ਲਈ ਇੱਕ ਵੱਖਰਾ ਚੋਣ ਮੈਨੀਫੈਸਟੋ ਪਾਰਟੀ ਲੈ ਕੇ ਆ ਰਹੀ ਹੈ, ਇਹ ਬਹੁਤ ਵੱਡਾ ਐਲਾਨ ਕੀਤਾ ਗਿਆ। ਠੀਕ ਹੈ ਜੀ। ਕਿਸਾਨਾਂ ਦੇ ਦਿਨ ਭਰ ਦੀ ਵਿਗੜਦੀ ਹਾਲਤ ਲਈ ਮੋਦੀ ਸਰਕਾਰ ਕੀ ਕਰ ਰਹੀ ਹੈ? ਮੋਦੀ ਸਰਕਾਰ ਜਿਹੜਾ ਕਿਸਾਨ ਜਿਹੜਾ ਅੰਨਦਾਤਾ ਹੈ ਦੇਸ਼ ਦਾ, ਉਹਨੂੰ ਅੰਨਦਾਤਾ ਇਸ ਲਈ ਕਿਹਾ ਜਾਂਦਾ ਕਿ ਉਹ ਦੇਸ਼ ਦੇ ਹਰ ਪ੍ਰਾਣੀ ਦੀ ਜਿਹੜੀ ਪੇਟ ਦੀ ਭੁੱਖ ਹੈ ਉਹਨੂੰ ਮਿਟਾਉਂਦਾ ਹੈ। ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਹੈ ਜਿਹੜਾ ਦੇਸ਼ ਦਾ ਕਿਸਾਨ ਹੈ ਉਹ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਰਹੇ, ਅਤੇ ਫਸਲ ਜਿਹੜੀ ਹੈ ਉਹ ਕਿਸਾਨ ਦੀ ਜੇਬ ਨੋਟਾਂ ਨਾਲ ਭਰਦੀ ਰਹੇ। ਭਾਰਤੀ ਜਨਤਾ ਪਾਰਟੀ ਐਸੇ ਪ੍ਰੋਗਰਾਮ ਚਲਾ ਰਹੀ ਹੈ। ਦੇਖੋ, ਕਿਸਾਨ ਦੀ ਜਿਹੜੀ ਮਿੱਟੀ ਹੈ, ਖੇਤ ਦੀ ਮਿੱਟੀ ਹੈ, ਉਹਨੂੰ ਅਸੀਂ ਤਰਕ ਕਰਨ ਵਾਸਤੇ ਸੋਇਲ ਕਾਰਡ ਜਿਹੜਾ ਬੀਜ ਕਿਸਾਨਾਂ ਨੂੰ ਦਿੱਤਾ ਹੈ, ਉਹ ਪਹਿਲਾਂ ਜਿਹੜੇ ਯੂਰੀਆ ਖਾਦਾਂ ਕੀਟਨਾਸ਼ਕਾਂ ਦਾ ਐਵੇਂ ਬੇਮਤਲਬ ਜਿਹੜਾ ਵਰਤੋਂ ਕੀ ਕਰਦਾ ਸੀ ਉਹਨੂੰ ਰੋਕਣ ਵਾਸਤੇ ਸੋਇਲ ਕਾਰਡ ਅਸੀਂ ਲੈਂਦਾ ਹੈ। ਸੋਇਲ ਕਾਰਡ ਦੇ ਨਾਲ ਜਿਹੜੀ ਮਿੱਟੀ ਪਰਖ ਕੀਤੀ ਜਾਊਗੀ, ਉਹਦੇ ਨਾਲ ਉਹੀ ਚੀਜ਼ ਮਿੱਟੀ ਦੇ ਵਿੱਚ ਖੇਤ ਦੇ ਵਿੱਚ ਪਾਈ ਜਾਊਗੀ ਕਿ ਜਿਹੜੇ ਉਹਨੂੰ ਤੱਤ ਦੀ ਘਾਟ ਹੈ ਉਹ ਕਾਰਡ ਰਾਹੀਂ ਪਤਾ ਚੱਲੂਗਾ, ਉਹ ਉਹਨੂੰ ਕਿਸਾਨ ਦੀ ਜਿਹੜੀ ਘਾਟ ਹੈ ਜਿਹੜੀ ਉਹ ਪੂਰੀ ਹੋਊਗੀ। ਦੂਜੇ ਨੰਬਰ 'ਤੇ ਜਿਹੜਾ ਇੱਕ ਪ੍ਰਧਾਨ ਮੰਤਰੀ ਬੀਮਾ ਯੋਜਨਾ ਲੈ ਕੇ ਆਉਂਦੀ ਹੈ, ਅਸੀਂ ਅਟਲ ਬੀਮਾ ਯੋਜਨਾ ਜੀ, ਉਹਦੇ ਵਿੱਚ 2 ਲੱਖ ਦਾ ਕਵਰ ਵੀ ਦਿੱਤਾ ਗਿਆ, ਉਹ 12 ਰੁਪਏ ਇੱਕ ਸਾਲ ਦਾ ਜਿਹੜਾ ਕਿਸਾਨ ਨੇ ਭਰਨੇ ਨੇ ਬੀਮੇ ਦੇ, ਉਹਨੂੰ 2 ਲੱਖ ਰੁਪਏ ਦਾ ਜਿਹੜਾ ਬੀਮਾ ਕਵਰ ਹੈ ਜੋਖਮ ਤੋਂ ਬਾਅਦ ਉਹਦਾ ਮਿਲਦਾ ਹੈ, ਉਹ ਮਿਲਦਾ ਹੈ। ਦੂਜਾ ਹੈਗਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਉਹ 365 ਰੁਪਏ ਦਾ ਸਾਲ ਹੈ, 1 ਰੁਪਇਆ ਰੋਜ਼ ਦਾ, 1 ਰੁਪਇਆ ਰੋਜ਼ ਦਾ ਉਹਦਾ ਜਿਹੜਾ ਹੈਗਾ
ਬੀਮਾ ਪਲਾਨ ਹੈ ਉਹਨੂੰ 3 ਲੱਖ ਰੁਪਏ ਦਾ ਕਵਰ ਮਿਲਦਾ ਹੈ ਕੁਦਰਤੀ ਮੌਤ ਤੋਂ ਬਾਅਦ ਵੀ ਮਿਲਦਾ ਹੈ ਉਹ ਪਿਛਲੇ ਪਰਿਵਾਰ ਨੂੰ ਇਹਦੇ ਨਾਲ ਕੋਈ ਆਰਥਿਕਤਾ ਨੂੰ ਵੀ ਪਿਛਲੇ ਪਰਿਵਾਰ ਨੂੰ ਮਿਲ ਜਾਂਦੀ ਹੈ ਦੂਜਾ ਜਿਹੜਾ ਕਿਸਾਨਾਂ ਦੀ ਅੱਗੇ ਕੋਈ ਗੜੇ ਪੈ ਗਏ ਜਾਂ ਕੋਈ ਆਫਤ ਆ ਗਈ ਫਸਲ ਦੇ ਵਿੱਚ ਪਹਿਲਾਂ ਇੱਕ ਸਬਸੀ ਨੂੰ ਜਾਂ ਬਲਾਕ ਨੂੰ ਮੰਨਿਆ ਜਾਂਦਾ ਸੀ ਡਿਵੀਜ਼ਨ ਅਤੇ ਹੁਣ ਫਿਰ ਉਸ ਤੋਂ ਬਾਅਦ ਇੱਕ ਪਿੰਡ ਨੂੰ ਇਕਾਈ ਮੰਨਣ ਲੱਗੇ ਪਰ ਭਾਰਤੀ ਜਨਤਾ ਪਾਰਟੀ ਨੇ ਉਸ ਦਾ ਸਭ ਤੋਂ ਵੱਡਾ ਇਹ ਫੈਸਲਾ ਕੀਤਾ ਜਿਹੜਾ ਫਸਲ ਦੇ ਨੁਕਸਾਨ ਨਾਲ ਜਿਹੜੀ ਇਕਾਈ ਹੈ ਉਹ ਉਹੀ ਖੇਤ ਹੋਊਗਾ ਜਿੱਥੇ ਨੁਕਸਾਨ ਹੋਇਆ ਭਾਵੇਂ ਇੱਧਰ ਦੇ ਪਿੰਡ ਦੇ ਇੱਧਰ ਦੇ ਬੰਦੇ ਕੋਈ ਕਣੀ ਨਾ ਨਹੀਂ ਹੋਵੇ ਇੱਧਰ ਦੇ ਬੰਦੇ ਮਤਲਬ ਗੜੇ ਗੁੜੇ ਪੈ ਗਏ ਤੋ ਫਸਲ ਦਾ ਨੁਕਸਾਨ ਹੋ ਗਿਆ ਜਿਹੜੇ ਖੇਤ ਦਾ ਨੁਕਸਾਨ ਹੋਇਆ ਉਹਨੂੰ ਵੀ ਇਕਾਈ ਬਣੀ ਹੋ ਉਹਦੇ ਉੱਤੇ ਜਿਹੜਾ ਫਸਲ ਦਾ ਮੁਆਵਜ਼ਾ ਹੈ ਪਹਿਲਾਂ 50% ਨੁਕਸਾਨ ਹੋਣ 'ਤੇ ਮੁਆਵਜ਼ਾ ਦਿੱਤਾ ਜਾਂਦਾ ਸੀ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹਨੂੰ 80% 'ਤੇ ਲੈ ਆਉਂਦਾ ਹੈ ਜੇ 80% ਵਿੱਚ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਪਹਿਲਾਂ ਨਾਲ ਦੁੱਗਣਾ ਡੇਢਾ ਕਰਕੇ ਮਤਲਬ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਉਹ ਇਹ ਬਹੁਤ ਵੱਡੇ ਫੈਸਲੇ ਕੀਤੇ ਗਏ ਕਿਸਾਨਾਂ ਦੇ ਲਈ ਔਰ DAP ਦਾ ਜਿਹੜਾ ਰੇਟ ਸੀਗਾ ਉਹ ਅਸੀਂ ਤਕਰੀਬਨ 225 ਰੁਪਏ ਕੁਇੰਟਲ ਜਿਹੜਾ 225 ਰੁਪਏ ਥੈਲਾ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਸਤਾ ਕੀਤਾ ਅਸੀਂ ਵਾਰ ਵਾਰ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿਸਾਨ ਵੀ ਆਪਣੇ ਵੀ ਥੋੜ੍ਹੇ ਜਿਹੇ ਖਰਚੇ ਘਟਾਉਣ ਅਤੇ ਥੋੜ੍ਹਾ ਜਿਹਾ ਜਿਵੇਂ ਜੋ ਅਸੀਂ ਆਪਣੇ ਲਈ ਕਰ ਸਕਦੇ ਹਾਂ ਮਨੁੱਖਤਾ ਦੇ ਭਲੇ ਲਈ ਜੋ ਕਿਸਾਨ ਕਰ ਸਕਦਾ ਜੋ ਅਸੀਂ ਕਰ ਸਕਦੇ ਸਰਕਾਰ ਨੂੰ ਆਸ ਕੁਛ ਵੀ ਨਾ ਰੱਖੀ ਅਸੀਂ ਕੀ ਕਰ ਸਕਦੇ ਹਾਂ ਅਸੀਂ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਅੱਗ ਲਾਉਣ ਤੋਂ ਬਚਾ ਸਕਦਾ ਕੋਈ ਕਿਸਾਨ ਮੈਂ ਕਿਸਾਨ ਮੈਂ ਕਹਿਣਾ ਵੀ ਮੈਂ ਆਪਣੇ ਖੇਤ 'ਚ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਉਹਦੇ ਲਈ ਲੋਕਾਂ ਦਾ ਜਿਹੜਾ ਭਲਾ ਹੋਊਗਾ ਆਮ ਜਨ ਜੀਵਨ ਜਿਹੜਾ ਉਹ ਠੀਕ ਹੋਊਗਾ ਜਿਹੜੀਆਂ ਸਾਹ ਦੀਆਂ ਬਿਮਾਰੀਆਂ ਫੇਫੜਿਆਂ ਦੀਆਂ ਬਿਮਾਰੀਆਂ ਜਿਹੜੀਆਂ ਆਪਣੇ ਗੋਡਿਆਂ ਦੀਆਂ ਬਿਮਾਰੀਆਂ ਨੇ ਸਰੀਰ ਦੀਆਂ ਅੰਗ ਕਾਲਾ ਪੀਲੀਆ ਬਲੱਡ ਕੈਂਸਰ ਇਹ ਬਿਮਾਰੀਆਂ ਇਹਨਾਂ ਤੋਂ ਰਾਹਤ ਮਿਲ ਸਕਦੀ ਹੈ ਇਹ ਅਸੀਂ ਆਪ ਕਰ ਸਕਦੇ ਹਾਂ ਦਾਜ ਲੈਣਾ ਅਤੇ ਦੇਣਾ ਉਹ ਅਸੀਂ ਬੰਦ ਕਰ ਸਕਦੇ ਹਾਂ ਅਤੇ ਹੋਰ ਜਿਹੜੇ ਨਸ਼ੇ ਨੇ ਉਹਨਾਂ ਨੂੰ ਅਸੀਂ ਬੰਦ ਕਰ ਸਕਦੇ ਹਾਂ ਜਿਹੜਾ ਅਸੀਂ ਆਪ ਕਰ ਸਕਦੇ ਹਾਂ ਉਹ ਅਸੀਂ ਜ਼ਰੂਰ ਕਰੀਏ ਇਹਦੇ ਲਈ ਭਾਰਤੀ ਜਨਤਾ ਪਾਰਟੀ ਸਾਰੇ ਫੈਸਲੇ ਨੇ ਜਿਹੜੇ ਲੋਕ ਹਿੱਤ ਦੇ ਵਿੱਚ ਕਰ ਰਹੇ ਹੈ ਆਉਣ ਵਾਲੇ ਸਮੇਂ ਬਹੁਤ ਵਧੀਆ ਉਹਨਾਂ ਦੇ ਹਾਂਜੀ ਧੰਨਵਾਦ ਸਰ ਜਾਂਦੇ ਜਾਂਦੇ ਇੱਕ ਸਵਾਲ ਹੋਰ ਪੰਜਾਬ ਵਿੱਚ BJP ਦੀਆਂ ਕੁੱਲ 23 ਸੀਟਾਂ ਨੇ ਬਾਕੀ ਸਭ ਅਕਾਲੀ ਦਲ ਕੋਲ ਨੇ ਤੁਹਾਨੂੰ ਸੀਟਾਂ ਇੰਨੀਆਂ ਉਹਨਾਂ ਨੇ ਨਹੀਂ ਦਿੱਤੀਆਂ ਜਾਂ ਤੁਸੀਂ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਸ ਬਾਰੇ ਕੋਈ ਇੱਟੇ ਖੜਕਾ ਚੱਲੇਗਾ ਕਿੱਦਾਂ ਇਹ ਮਸਲਾ ਹੋਵੇਗਾ ਨਹੀਂ ਜੀ ਐਸੀ ਕੋਈ ਗੱਲ ਨਹੀਂ ਜੋ ਇਹ ਸੀਟਾਂ ਦਾ ਜੋ ਵੰਡਾ ਹੈ ਜਿਹੜਾ ਫੈਸਲਾ ਹੈ ਇਹ ਹਾਈਕਮਾਂਡ ਕਰਦੀ ਹੈ ਇਹਦੇ ਵਿੱਚ ਮੈਂ ਬਹੁਤਾ ਜਵਾਬ ਦੇਣ ਦੇ ਤਾਂ ਯੋਗ ਨਹੀਂ ਹੈ ਪਰ ਜੋ ਭਾਰਤੀ ਜਨਤਾ ਪਾਰਟੀ ਦੇ ਚੋਣ ਕਮੇਟੀ ਨੇ ਫੈਸਲਾ ਕੀਤਾ ਅਸੀਂ ਉਹਦੇ 'ਤੇ ਅਟਲ ਅਤੇ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਅਕਾਲੀ ਦਲ ਗਠਜੋੜ ਤੀਜੀ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਊਗਾ ਇਹ ਸਾਨੂੰ ਪੱਕਾ ਪੰਜਾਬੀਆਂ ਦਾ ਵਿਸ਼ਵਾਸ ਹੈ ਠੀਕ ਹੈ ਜੀ ਹਾਂਜੀ ਦੋਸਤੋ ਧਾਲੀਵਾਲ ਸਾਹਿਬ ਦਾ ਬਹੁਤ ਬਹੁਤ ਸਰ ਤੁਹਾਡਾ ਧੰਨਵਾਦ ਸਟੂਡੀਓ 'ਚ ਆਉਣ ਲਈ ਸਾਡੇ ਕਿਸਾਨਾਂ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਥੈਂਕ ਯੂ